ਮੁਹੱਲਾ ਸਿੰਘ ਜੀ ਗਾਓ ਨੌਣੀ ਜੀ ਤੋ ਕਿਆ ਵਾਰਦਾਤ ਹੋਈ ਆਪਕੇ ਸਾਥ ਇਹ ਰਾਤ ਨਾ ਜੀ 11 ਵਜੇ ਕਿਸੇ ਨੇ ਫੋਨ ਰਿਜੈਕਟ ਕਰ ਲਿਆ ਔਰ ਉਸ ਤੋਂ ਬਾਅਦ ਨਾ ਸਭੀ ਰਿਸ਼ਤੇਦਾਰਾਂ ਕੋ ਕਾਲ ਕਰਕੇ ਪੈਸੇ ਲੱਗੇ ਮੰਗਣੇ ਤੋ ਵਾਰ ਪੇ ਕਿਸੇ ਰਿਸ਼ਤੇਦਾਰ ਕਾ 11:30 ਵਜੇ ਰਾਤ ਕੋ ਫੋਨ ਆਇਆ ਜੀ ਉਹਨੇ ਕਿਹਾ ਇਸ ਤਰ੍ਹਾਂ ਕਰਕੇ ਤੁਹਾਨੂੰ ਪੈਸਿਆਂ ਦੀ ਲੋੜ ਹੈ ਜੀ ਮਾਨੇ ਕਿਹਾ ਜੀ ਪੈਸਿਆਂ ਦੀ ਤਾਂ ਲੋੜ ਨਹੀਂ ਹੈ ਜੀ ਉਹ ਕਹਿ ਰਿਹਾ ਇਸ ਤਰ੍ਹਾਂ ਕਰਕੇ ਆਪਕੇ ਫੋਨ ਹੋ ਰਿਹਾ ਜੀ ਫਿਰ ਮਾਨੇ ਉਸ ਚੈੱਕ ਕਰਿਆ ਜੀ ਸਭੀ ਰਿਸ਼ਤੇਦਾਰਾਂ ਕੋ ਫੋਨ ਆਉਣੇ ਲੱਗੇ ਕਹਿ ਰਹੇ 5000 ਮੰਗ ਰਿਹਾ ਤੂੰ ਦੱਸ 5000 ਮੰਗ ਰਿਹਾ ਅਕਾਊਂਟ ਨੰਬਰ ਦੀ ਹੈ ਜੀ ਉਸਨੇ 5000 ਕੀ ਡਿਮਾਂਡ ਕੀ ਹੈ ਇਸ ਤੋਂ ਜ਼ਿਆਦਾ ਵੀ ਕੀ ਹੈ 5000 ਕੀ ਜੀ ਓਨਲੀ 5000 ਕੀ ਹਾਂ ਜੀ ਜੀ ਤੋ ਆਪਕੋ ਕੈਸੇ ਪਤਾ ਲਗਾ ਇਸਕਾ ਯੇ ਆਪਣਾ ਰਿਸ਼ਤੇਦਾਰ ਹੈ ਜੀ ਮਾਮਾ ਜੀ ਲਗਤੇ ਹੈ ਉਸ ਪੇ ਕਾਲ ਆਈ ਮੇਰੇ ਸਾਲਾ ਜੀ ਕੈਸੇ ਫੇਸਬੁੱਕ ਆਈਡੀ ਹੈਕ ਕੀ ਜਾਂ ਕਿਆ ਫੇਸਬੁੱਕ ਆਈਡੀ तो फेसबुक के थ्रू जितने भी रिश्तेदार थे आपसे तो सबसे पैसे की डिमांड की है हाँ जी नहीं यार मित्र तो किसी ने पैसे अकाउंट में डलवाए तो नहीं उस टाइम तो नहीं अभी डलवाए जी बाकी पता नहीं जी किसी यार दोस्त ने मित्र ने डलवाए दिया सबसे बात नहीं हुई अभी ये देखो ये आ रही है जी उसकी ये बात हुई जी 5000 रुपये उसका अकाउंट नंबर वगैरह देखो ये बंदे में 091 जी जी 64581 जी दोबारा बोलना एक बार 97051 जी 64581 जी तो आप है जी तो इसके थ्रू आप जनता को क्या संदेश देना चाहते हैं कि ये घटना किसी और के साथ ना हो हाँ जी हाँ जी ये घटना किसी और के साथ ना हो जी तो आप कैसे लोगों को जागरूक करोगे इसके प्रति कि अपना फेसबुक आईडी सोच समझ के चलाएं इसको अपना हर एक से बंदे से शेयर ना करें चीज को